ਮਾਨਸਾ ਦੇ ਸਾਬਕਾ ਅਕਾਲੀ ਵਿਧਾਇਕ ਅਤੇ ਕਾਂਗਰਸ ਵਿੱਚ ਰਹਿਣ ਤੋਂ ਬਾਅਦ ਲੁਧਿਆਣਾ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰੇਮ ਮਿੱਤਲ ਆਪਣੇ ਸਾਥੀਆਂ ਸਮੇਤ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਵਿੱਚ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਮਿੱਤਲ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦਾ ਹਿੱਸਾ ਬਣਨਾ ਚਾਹੁੰਦੇ ਹਨ, ਇਸ ਲਈ ਉਹ ਇੱਥੇ ਆਏ ਹਨ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਮਿੱਤਲ ਦਾ ਨਿੱਘਾ ਸਵਾਗਤ ਕੀਤਾ ਤੇ ਇਸ ਨੂੰ ਇੱਕ ਵਧੀਆ ਕਦਮ ਦੱਸਿਆ। ਇਸ ਦੌਰਾਨ ਉਹਨਾਂ ਨੇ ਪਿਛਲੀ ਅਕਾਲੀ ਸਰਕਾਰ ਦੀ ਵੀ ਨਿੰਦਾ ਕੀਤੀ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਆੜੇ ਹੱਥੀ ਲਿਆ। ਸੋ ਮੈਂ ਅੱਜ ਇਸ ਕਰਕੇ ਜੋ ਕੁਝ ਉੱਥੇ ਦੇਖਿਆ ਉਹ ਮੇਰੀ ਆਤਮਾ ਨੇ ਮੰਨਿਆ ਨਹੀਂ ਵੀ ਬਹੁਤ ਗਲਤ ਹੋ ਰਿਹਾ, ਪਰ ਮੈਂ ਇਹ ਵੀ ਕਹੂੰਗਾ ਵੀ 5 ਸਾਲ ਜਿਵੇਂ ਮੈਂ ਕੱਟੇ, ਮੈਨੂੰ ਪਤਾ ਜਾਂ ਮੇਰੇ ਪਰਮਾਤਮਾ ਨੂੰ ਪਤਾ। ਮਾਨਸਾ ਦੇ ਵਿੱਚ ਅੱਜ ਵੀ ਮੈਂ ਤੁਹਾਨੂੰ ਇਹ ਗੱਲ ਕਹੂੰਗਾ, ਕੋਈ ਬੰਦਾ ਜਾਓ ਜਿਵੇਂ ਸਾਰੀ ਪ੍ਰੈਸ ਮੇਰੇ ਨਾਲ 1990 ਤੋਂ ਵਾਪਸਤਾ, ਮੈਂ ਜਿੱਥੇ ਇੱਥੇ ਵੀ ਜਿਹੜੀ ਕੋਈ ਸੇਵਾ ਕੀਤੀ ਹੈ ਕੋਸ਼ਿਸ਼ ਕੀਤੀ ਵੀ ਬੇਦਾਗ ਸੇਵਾ ਕਰਾਂ। ਮੇਰੇ ਤੇ ਕੋਈ ਇੱਥੇ ਪੋਲੀਟੀਕਲ ਕੋਈ ਕਰੈਕਟਰ ਤੇ ਪੋਲੀਟੀਕਲ ਉਸ ਤੇ ਮੇਰੇ ਤੇ ਕੋਈ ਛਿੱਟਾ ਨਾ ਪਵੇ। ਅੱਜ ਮੈਂ ਲੋਕ ਇਨਸਾਫ ਪਾਰਟੀ ਚ ਇਸੇ ਕਰਕੇ ਜੁਆਇਨ ਕੀਤਾ ਕਿ ਜਿੱਥੇ ਸਾਡੇ ਤਿੰਨੇ ਭਰਾਵਾਂ ਦੀ ਆਪਦੇ ਵਿੱਚ ਮਤ ਮਿਲਦੀ ਹੈ, ਸਾਡੀ ਸੋਚ ਮਿਲਦੀ ਹੈ, ਸਾਡੇ ਵਿਚਾਰ ਮਿਲਦੇ ਨੇ, ਔਰ ਅਸੀਂ ਤਿੰਨੋਂ ਕਰਪਸ਼ਨ ਦੇ ਖਿਲਾਫ ਹਾਂ। ਵੱਡੇ ਭਰਾ ਸ਼੍ਰੀ ਪ੍ਰੇਮ ਮਿੱਤਲ ਜੀ ਜਿਹੜੇ ਲੁਧਿਆਣੇ ਦੇ ਸੀਨੀਅਰ ਡਿਪਟੀ ਮੇਅਰ ਰਹੇ, ਮਾਨਸਾ ਤੋਂ MLA ਰਹੇ, 3 ਵਾਰੀ ਕੌਂਸਲਰ ਰਹੇ, ਅੱਜ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਇਹ ਸ਼ਾਮਲ ਹੋਏ ਆ। ਕੁਦਰਤ ਦਾ ਦੋਸਤੋ ਨੇ ਜੀ, ਮੈਂ ਵੀ ਬੰਦੇ ਨੂੰ ਆਪਣੇ ਸੁਭਾਅ ਵਾਲਾ ਬੰਦਾ ਪਸੰਦ ਆਉਂਦਾ। ਸੋ ਸਾਡਾ ਰਾਜਨੀਤੀ ਦੇ ਵਿੱਚ ਆਉਣਾ ਰਾਜਨੀਤੀ ਦਾ ਧੰਦਾ ਕਰਨਾ ਨਹੀਂ, ਰਾਜਨੀਤੀ ਦੇ ਵਿੱਚ ਆ ਕੇ ਰਾਜਨੀਤੀ ਨੂੰ ਦੇਸ਼ ਭਗਤੀ ਦਾ ਜਜ਼ਬਾ ਮੰਨਦੇ ਹੋਏ ਰਾਜਨੀਤੀ ਦੇ ਵਿੱਚ ਆਈ ਰਿਸ਼ਵਤਖੋਰੀ ਦੀ ਦਲਦਲ ਨੂੰ ਸਮਾਪਤ ਕਰਨਾ। ਸੋ ਅੱਜ ਮਿੱਤਲ ਸਾਹਿਬ ਦੇ ਆਉਣ ਨਾਲ ਜਿਹੜਾ ਇਨਕਲਾਬੀ ਕਾਫਲਾ ਬਹੁਤ ਵੱਡਾ ਹੋਇਆ।